ਜਲਦ ਤੋਂ ਜਲਦ ਆਪਣੀਆਂ ਗੱਡੀਆਂ ਜੇ ਰੁੱਖਾਂ ਦੇ ਹੇਠਾਂ ਖੜੀਆਂ ਨੇ ਜਲਦ ਤੋਂ ਜਲਦ ਹਟਾ ਲਓ ਉਹਨਾਂ ਨੂੰ, ਨਹੀਂ ਤਾਂ ਆਹੀ ਹਾਲ ਹੋ ਜਾਣਾ ਹੈ। ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਹ ਰੁੱਖਾਂ ਦੇ ਹੇਠਾਂ ਗੱਡੀਆਂ ਖੜੀਆਂ ਸੀ, ਅਚਾਨਕ ਰੁੱਖ ਡਿੱਗ ਗਏ। ਦੇਖ ਸਕਦੇ ਹੋ ਕਿਹੜਾ ਨੁਕਸਾਨ ਹੋ ਗਿਆ ਇਹ ਗੱਡੀਆਂ, ਲੱਖਾਂ ਦੀ ਗੱਡੀ ਮਿੰਟਾਂ ਦੇ ਵਿੱਚ ਚਕਨਾ ਚੂਰ ਹੋ ਗਈ ਹੈ। ਤਾਂ ਤਸਵੀਰਾਂ ਦੇਖੋ, ਭਿਆਨਕ ਤਸਵੀਰਾਂ ਨੇ, ਤਾਂ ਪੂਰੇ ਪੰਜਾਬ ਭਰ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ, ਮੌਸਮ ਬਦਲ ਗਿਆ ਹੈ, ਮੀਂਹ ਪੈਣ ਲੱਗ ਗਿਆ ਹੈ। ਹਾਲਾਂਕਿ ਹੁਣ ਤੱਕ ਦੁਪਹਿਰ ਤੱਕ ਕਾਫੀ ਤੇਜ਼ ਧੁੱਪ ਨਿਕਲੀ ਹੋਈ ਸੀ, ਪਰ ਅਚਾਨਕ ਮੀਂਹ ਜਿਹੜਾ ਮੌਸਮ ਹੈ ਉਹ ਚੇਂਜ ਹੋਇਆ ਅਤੇ ਮੀਂਹ ਪੈਣ ਲੱਗ ਗਿਆ। ਮੀਂਹ ਪੈਣ ਤੋਂ ਪਹਿਲਾਂ ਦੇਖੋ ਕਿਵੇਂ ਆ ਧੁੰਦ ਵਾਲੀ ਹਨੇਰੀ ਆਉਂਦੀ ਹੈ, ਜਿਸ ਤੋਂ ਬਾਅਦ ਐਡਾ ਨੁਕਸਾਨ ਹੋ ਗਿਆ। ਹਨੇਰੀ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ, ਮੀਂਹ ਕਾਫੀ ਤੇਜ਼ ਪਿਆ ਹੈ, ਜਿਸ ਕਰਕੇ ਜਿਹੜੇ ਰੁੱਖ ਸਨ ਧੁੱਪ ਕਰਕੇ ਕੱਚੇ ਹੋਏ ਸੀ ਉਹ ਇਹਨਾਂ ਗੱਡੀਆਂ 'ਤੇ ਡਿੱਗ ਪਏ। ਤਾਂ ਗੱਡੀਆਂ ਦਾ ਦੇਖੋ ਕਿੱਡਾ ਨੁਕਸਾਨ ਹੋ ਗਿਆ ਹੈ, ਪੂਰੀ ਸੜਕ 'ਤੇ ਜਾਮ ਲੱਗ ਗਿਆ ਹੈ। ਤਾਂ ਜੇਕਰ ਤੁਸੀਂ ਆਪਣੀਆਂ ਗੱਡੀਆਂ ਰੁੱਖਾਂ ਦੇ ਹੇਠਾਂ ਖੜੀਆਂ ਕੀਤੀਆਂ ਨੇ ਤਾਂ ਜਲਦ ਤੋਂ ਜਲਦ ਉਹਨਾਂ ਨੂੰ ਰੁੱਖਾਂ ਦੇ ਹੇਠਿਓਂ ਹਟਾ ਲਓ, ਕਿਉਂਕਿ ਮੀਂਹ ਪੈਣ ਕਰਕੇ ਰੁੱਖਾਂ ਦੀ ਜਿਹੜੀਆਂ ਤਾਣੇ ਹੁੰਦੇ ਨੇ ਉਹ ਕੱਚੇ ਹੋ ਜਾਂਦੇ ਨੇ, ਮੀਂਹ ਦੇ ਨਾਲ ਨਾਲ ਤੇਜ਼ ਹਨੇਰੀ ਆਉਣ ਦੇ ਕਰਕੇ ਉਹ ਟੁੱਟ ਜਾਂਦੇ ਨੇ। ਤੇਜ਼ ਹਨੇਰੀ ਝੱਖੜ ਕਰਕੇ ਇਹ ਨੁਕਸਾਨ ਹੋਇਆ ਹੈ। ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਹ ਭਿਆਨਕ ਹਾਦਸਾ ਹੋਇਆ, ਲੋਕਾਂ ਦੀ ਜਾਨ ਤਾਂ ਬਚ ਗਈ ਹੈ ਪਰ ਗੱਡੀਆਂ ਦਾ ਦੇਖੋ ਕਿੰਜ ਨੁਕਸਾਨ ਹੋ ਗਿਆ ਹੈ। ਤਾਂ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਇਹ ਤੂਫਾਨ, ਇਹ ਬਿਨ ਚਾਇਆ ਤੂਫਾਨ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ 'ਤੇ ਮੀਂਹ ਨਹੀਂ ਪੈਂਦਾ, ਪਰ ਜਿਹੜੇ ਮੌਸਮ ਵਿਭਾਗ ਹੈ ਉਹਨਾਂ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ। ਪਹਿਲਾਂ ਤਾਂ ਵਿਸਾਖੀ ਦੇ ਨੇੜੇ ਅਲਰਟ ਜਾਰੀ ਕੀਤਾ ਗਿਆ ਅਤੇ ਹੁਣ 18 ਤਰੀਕ ਨੂੰ ਅਲਰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਮੀਂਹ ਪੈਣ ਲੱਗ ਗਿਆ ਹੈ ਪੂਰੇ ਪੰਜਾਬ ਭਰ ਦੇ ਵਿੱਚ। ਇਹ ਤਸਵੀਰਾਂ ਪਟਿਆਲੇ ਦੀ ਦਿਖਾ ਰਹੇ ਹਾਂ ਤੁਹਾਨੂੰ, ਮੋਹਾਲੀ ਵਿਖੇ ਵੀ ਕਾਫੀ ਤੇਜ਼ ਹਨੇਰੀ ਝੱਖੜ ਆਇਆ ਹੈ। ਜਲਦ ਤੋਂ ਜਲਦ ਆਪਣੀਆਂ ਗੱਡੀਆਂ ਜੇ ਰੁੱਖਾਂ ਦੇ ਹੇਠਾਂ ਖੜੀਆਂ ਨੇ ਜਲਦ ਤੋਂ ਜਲਦ ਹਟਾ ਲਓ ਉਹਨਾਂ ਨੂੰ, ਨਹੀਂ ਤਾਂ ਆਹੀ ਹਾਲ ਹੋ ਜਾਣਾ ਹੈ। ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਹ ਰੁੱਖਾਂ ਦੇ ਹੇਠਾਂ ਗੱਡੀਆਂ ਖੜੀਆਂ ਸੀ, ਅਚਾਨਕ ਰੁੱਖ ਡਿੱਗ ਗਏ। ਦੇਖ ਸਕਦੇ ਹੋ ਕਿਹੜਾ ਨੁਕਸਾਨ ਹੋ ਗਿਆ ਇਹ ਗੱਡੀਆਂ, ਲੱਖਾਂ ਦੀ ਗੱਡੀ ਮਿੰਟਾਂ ਦੇ ਵਿੱਚ ਚਕਨਾ ਚੂਰ ਹੋ ਗਈ ਹੈ। ਤਾਂ ਤਸਵੀਰਾਂ ਦੇਖੋ, ਭਿਆਨਕ ਤਸਵੀਰਾਂ ਨੇ, ਤਾਂ ਪੂਰੇ ਪੰਜਾਬ ਭਰ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ, ਮੌਸਮ ਬਦਲ ਗਿਆ ਹੈ, ਮੀਂਹ ਪੈਣ ਲੱਗ ਗਿਆ ਹੈ। ਹਾਲਾਂਕਿ ਹੁਣ ਤੱਕ ਦੁਪਹਿਰ ਤੱਕ ਕਾਫੀ ਤੇਜ਼ ਧੁੱਪ ਨਿਕਲੀ ਹੋਈ ਸੀ, ਪਰ ਅਚਾਨਕ ਮੀਂਹ ਜਿਹੜਾ ਮੌਸਮ ਹੈ ਉਹ ਚੇਂਜ ਹੋਇਆ ਅਤੇ ਮੀਂਹ ਪੈਣ ਲੱਗ ਗਿਆ। ਮੀਂਹ ਪੈਣ ਤੋਂ ਪਹਿਲਾਂ ਦੇਖੋ ਕਿਵੇਂ ਆ ਧੁੰਦ ਵਾਲੀ ਹਨੇਰੀ ਆਉਂਦੀ ਹੈ, ਜਿਸ ਤੋਂ ਬਾਅਦ ਐਡਾ ਨੁਕਸਾਨ ਹੋ ਗਿਆ। ਹਨੇਰੀ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ, ਮੀਂਹ ਕਾਫੀ ਤੇਜ਼ ਪਿਆ ਹੈ, ਜਿਸ ਕਰਕੇ ਜਿਹੜੇ ਰੁੱਖ ਸਨ ਧੁੱਪ ਕਰਕੇ ਕੱਚੇ ਹੋਏ ਸੀ ਉਹ ਇਹਨਾਂ ਗੱਡੀਆਂ 'ਤੇ ਡਿੱਗ ਪਏ। ਤਾਂ ਗੱਡੀਆਂ ਦਾ ਦੇਖੋ ਕਿੱਡਾ ਨੁਕਸਾਨ ਹੋ ਗਿਆ ਹੈ, ਪੂਰੀ ਸੜਕ 'ਤੇ ਜਾਮ ਲੱਗ ਗਿਆ ਹੈ। ਤਾਂ ਜੇਕਰ ਤੁਸੀਂ ਆਪਣੀਆਂ ਗੱਡੀਆਂ ਰੁੱਖਾਂ ਦੇ ਹੇਠਾਂ ਖੜੀਆਂ ਕੀਤੀਆਂ ਨੇ ਤਾਂ ਜਲਦ ਤੋਂ ਜਲਦ ਉਹਨਾਂ ਨੂੰ ਰੁੱਖਾਂ ਦੇ ਹੇਠਿਓਂ ਹਟਾ ਲਓ, ਕਿਉਂਕਿ ਮੀਂਹ ਪੈਣ ਕਰਕੇ ਰੁੱਖਾਂ ਦੀ ਜਿਹੜੀਆਂ ਤਾਣੇ ਹੁੰਦੇ ਨੇ ਉਹ ਕੱਚੇ ਹੋ ਜਾਂਦੇ ਨੇ, ਮੀਂਹ ਦੇ ਨਾਲ ਨਾਲ ਤੇਜ਼ ਹਨੇਰੀ ਆਉਣ ਦੇ ਕਰਕੇ ਉਹ ਟੁੱਟ ਜਾਂਦੇ ਨੇ। ਤੇਜ਼ ਹਨੇਰੀ ਝੱਖੜ ਕਰਕੇ ਇਹ ਨੁਕਸਾਨ ਹੋਇਆ ਹੈ। ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਹ ਭਿਆਨਕ ਹਾਦਸਾ ਹੋਇਆ, ਲੋਕਾਂ ਦੀ ਜਾਨ ਤਾਂ ਬਚ ਗਈ ਹੈ ਪਰ ਗੱਡੀਆਂ ਦਾ ਦੇਖੋ ਕਿੰਜ ਨੁਕਸਾਨ ਹੋ ਗਿਆ ਹੈ। ਤਾਂ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਇਹ ਤੂਫਾਨ, ਇਹ ਬਿਨ ਚਾਇਆ ਤੂਫਾਨ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ 'ਤੇ ਮੀਂਹ ਨਹੀਂ ਪੈਂਦਾ, ਪਰ ਜਿਹੜੇ ਮੌਸਮ ਵਿਭਾਗ ਹੈ ਉਹਨਾਂ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ। ਪਹਿਲਾਂ ਤਾਂ ਵਿਸਾਖੀ ਦੇ ਨੇੜੇ ਅਲਰਟ ਜਾਰੀ ਕੀਤਾ ਗਿਆ ਅਤੇ ਹੁਣ 18 ਤਰੀਕ ਨੂੰ ਅਲਰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਮੀਂਹ ਪੈਣ ਲੱਗ ਗਿਆ ਹੈ ਪੂਰੇ ਪੰਜਾਬ ਭਰ ਦੇ ਵਿੱਚ। ਇਹ ਤਸਵੀਰਾਂ ਪਟਿਆਲੇ ਦੀ ਦਿਖਾ ਰਹੇ ਹਾਂ ਤੁਹਾਨੂੰ, ਮੋਹਾਲੀ ਵਿਖੇ ਵੀ ਕਾਫੀ ਤੇਜ਼ ਹਨੇਰੀ ਝੱਖੜ ਆਇਆ ਹੈ।